ਗੱਲਬਾਤ ਕਰਦਾ ਜਿਨ੍ਹਾਂ ਨੇ ਆਪਣੇ ਘਰ ਬਾਰ ਛੱਡ ਕੇ ਇੱਥੇ ਸੜਕਾਂ ਤੇ ਸਿਰਹਾਣੇ ਵਿਛਾ ਕੇ ਬਿਸਤਰੇ ਵਿਛਾ ਕੇ ਰਾਤ ਦਾ ਕੱਟ ਰਹੇ ਨੇ। ਔਰ ਮੈਂ ਸਜਦਾ ਕਰਨ ਆਇਆ ਤੁਹਾਨੂੰ, ਕੱਲ ਰਾਤੀ ਇੱਥੇ ਉਤਰਿਆ, ਮੇਰੇ ਪਰਿਵਾਰ ਨੇ, ਮੇਰੇ ਬੱਚਿਆਂ ਨੇ ਮੈਨੂੰ ਉਹਦੇ ਨਾਲ ਭੇਜਿਆ, ਮੇਰੇ ਪਿਓ ਨੇ, ਕਿ ਜਾ ਉੱਥੇ ਖੜਾ ਹੋ ਕਿਉਂਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ। ਮੈਂ 7 ਸਾਲ ਦੀ ਉਮਰ ਦੇ ਵਿੱਚ ਉਦੋਂ ਹਲ ਵਾਹੁਣਾ ਸ਼ੁਰੂ ਕੀਤਾ ਜਦੋਂ ਮੁੰਨੀ ਨੂੰ ਉੱਪਰ ਹੱਥ ਕਰਕੇ ਮੈਂ ਫੜਦਾ ਹੁੰਦਾ ਸੀ। ਉਸ ਤੋਂ ਪਹਿਲਾਂ ਬਚਪਨ, ਉਸ ਤੋਂ ਬਾਅਦ ਕਾਲਜ, ਮੈਂ ਖਾਲਸਾ ਕਾਲਜ 84 ਵਾਲਾ ਦੌਰ ਹੰਢਾਇਆ, ਆਪਣੇ ਪਿੰਡੇ ਦੇ ਉੱਪਰ ਹੰਢਾਇਆ, ਕੈਨੇਡਾ 99 ਦੇ ਵਿੱਚ ਜਾ ਕੇ ਮਜ਼ਦੂਰੀ ਕੀਤੀ, ਝਾੜੂ ਵੀ ਮਾਰਿਆ, ਸਫਾਈਆਂ ਵੀ ਕੀਤੀਆਂ। ਉਸ ਤੋਂ ਬਾਅਦ ਰੰਗਲੇ ਪੰਜਾਬ ਤੋਂ ਤੁਸੀਂ ਮੇਰੀ ਬਾਂਹ ਫੜੀ ਹੈ ਔਰ ਅੰਬਰਾਂ ਦੇ ਵਿੱਚ ਉਡਾਇਆ। ਤੁਹਾਡੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅੱਜ ਲੋੜ ਹੈ ਸਾਡੀ ਕਿਸਾਨੀ ਦੇ ਨਾਲ ਮੋਢੇ ਨਾਲ ਮੋਢਾ ਲਾਉਣ ਦੀ। ਮੈਂ ਬਹੁਤਾ ਟਾਈਮ ਨਹੀਂ ਲਾਉਣਾ, ਮੇਰੇ ਤੋਂ ਬਾਅਦ ਮੇਰੇ ਵੱਡੇ ਵੀਰ ਅਮਤੋਜ ਮਾਨ ਜੀ, ਉਹਨਾਂ ਨੇ ਤੁਹਾਡੇ ਰੂਬਰੂ ਹੋਣਾ। ਬਿਲਕੁਲ ਨਵਾਂ ਗੀਤ ਅਸੀਂ ਪਿੱਛੇ ਜਿਹੇ ਹੁਣੇ ਰਿਲੀਜ਼ ਕੀਤਾ 3-4 ਸਾਲ ਪਹਿਲਾਂ, ਕਿਸਾਨੀ ਤੇ ਕੁਰਬਾਨੀ। ਕਿਸਾਨਾਂ ਦਾ ਬਹੁਤ ਵੱਡਾ ਰਿਸ਼ਤਾ ਹੈ ਕੁਰਬਾਨੀ ਦੇ ਨਾਲ। ਮੇਰੇ ਬਹੁਤ ਹੀ ਪਿਆਰੇ ਵੀਰ ਰਾਜਾ ਖੇੜਾ ਦਾ ਗੀਤ ਲਿਖਿਆ ਹੋਇਆ, ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕੀ ਲਿਖਿਆ। ਅਸੀਂ ਸਿਦਕਾਂ ਦੀ ਭੱਠੀ ਵਿੱਚ ਰੜੇ ਹੋਏ ਹਾਂ, ਅਸੀਂ ਸਿਦਕਾਂ ਦੀ ਭੱਠੀ ਵਿੱਚ ਰੜੇ ਹੋਏ ਹਾਂ, ਕਿਸੇ ਕੁਰਬਾਨੀਆਂ ਵਾਲੇ ਵੀ ਸਭ ਪੜੇ ਹੋਏ ਹਾਂ। ਅਸੀਂ ਸਿਦਕਾਂ ਦੀ ਭੱਠੀ ਵਿੱਚ ਰੜੇ ਹੋਏ ਹਾਂ, ਕਿਸੇ ਕੁਰਬਾਨੀਆਂ ਵਾਲੇ ਵੀ ਸਭ ਪੜੇ ਹੋਏ ਹਾਂ। ਗੱਡ ਦਈਏ ਜਿੱਥੇ ਕੀਲੇ, ਉਹ ਫਿਰ ਪੱਟੇ ਨਹੀਂ ਜਾਂਦੇ, ਜਦੋਂ ਚੜ ਪੈਣ ਕਾਫਲੇ ਸਾਡੇ, ਫਿਰ ਉਹ ਡੱਕੇ ਨਹੀਂ ਜਾਂਦੇ, ਫਿਰ ਉਹ ਡੱਕੇ ਨਹੀਂ ਜਾਂਦੇ। ਸਾਡੀ ਹੋਂਦ ਨੂੰ ਮਟਾਉਣਾ, ਹੱਥ ਸੂਰਜਾਂ ਨੂੰ ਪਾਉਣਾ, ਸਾਡਾ ਤੇਰੇ ਕੋਲੋਂ ਜਾਣਾ ਨਹੀਂ ਵਜੂਦ ਮਿਟਿਆ। ਹੋ ਸਾਨੂੰ ਵੱਡਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ, ਸਾਨੂੰ ਪੁਰਖਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ, ਸਾਡੀ ਹਿੱਕਾਂ ਉੱਤੇ ਜਾਂਦਾ ਇਤਿਹਾਸ ਲਿਖਿਆ। ਵੱਡਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ, ਸਾਡੀ ਹਿੱਕਾਂ ਉੱਤੇ ਜਾਂਦਾ ਇਤਿਹਾਸ ਲਿਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਪਹਿਲਾਂ ਵੀ ਬੋਲਿਆ ਕਿ ਮੇਰੇ ਵੱਡੇ ਵੀਰ ਬਾਬੂ ਸਿੰਘ ਮਾਨ ਮਰਾੜਾ ਵਾਲੇ, ਜਿਨ੍ਹਾਂ ਨੇ ਆਪਣੀ ਕਲਮ ਰਾਹੀਂ ਤੁਹਾਡੇ ਦਿਲਾਂ ਤੇ ਰਾਜ ਕੀਤਾ, ਸਾਡੇ ਬਜ਼ੁਰਗ, ਸਾਡੇ ਪਿਓ, ਉਹਨਾਂ ਦੇ ਫਰਜ਼ੰਦ ਮੇਰੇ ਵੱਡੇ ਵੀਰ ਅਮਤੋਜ ਮਾਨ ਜੀ ਤੁਹਾਡੀ ਖਿਦਮਤ ਦੀ ਪੇਸ਼ ਹੋਣੀ ਚਾਹੀਦੀ। ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਦੀ ਆਮਦ ਦੇ ਵਿੱਚ ਦੋਸਤੋ, ਬਹੁਤ ਮਿਹਰਬਾਨੀ।